500 ਤੇ 2000 ਦੇ ਨੋਟ ਤੋਂ ਬਾਅਦ ਹੁਣ ਜਲਦ ਹੀ 10 ਤੇ 5 ਰੁਪਏ ਦੇ ਨਵੇਂ ਸਿੱਕੇ ਜਾਰੀ ਹੋਣਗੇ। ਰਿਜ਼ਰਵ ਬੈਂਕ ਆਫ ਇੰਡੀਆ ਨੇ ਜਾਣਕਾਰੀ ਦਿੱਤੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਮੁਤਾਬਿਕ ਕੇਂਦਰ ਸਰਕਾਰ 5 ਰੁਪਏ ਦਾ ਸਿੱਕਾ, ਇਲਾਹਾਬਾਦ ਹਾਈ ਕੋਰਟ ਦੀ 150ਵੀਂ ਵਰੇਗੰਢ ਤੇ 10 ਰੁਪਏ ਦਾ ਸਿੱਕਾ ਨੈਸ਼ਨਲ ਆਰਕਾਈਵ ਆਫ ਇੰਡੀਆ ਦੇ 100 ਸਾਲ ਪੂਰੇ ਹੋਣ ਦੀ ਯਾਦ ਵਿੱਚ ਜਾਰੀ ਕਰੇਗੀ। ਇਸ ਦੇ ਨਾਲ ਹੀ RBI ਨੇ ਇਹ ਵੀ ਕਿਹਾ ਕਿ ਨਵੇਂ ਸਿੱਕੇ ਆਉਣ ਤੋਂ ਬਾਅਦ ਵੀ ਪੁਰਾਣੇ ਸਿੱਕੇ ਦਾ ਚਲਨ ਜਾਰੀ ਰਹੇਗਾ। ਬੈਂਕ ਨੇ ਕਿਹਾ ਕਿ 5 ਰੁਪਏ ਦੇ ਸਿੱਕੇ ਵਿੱਚ ਇਲਾਹਾਬਾਦ ਹਾਈ ਕੋਰਟ ਦੀ ਬਿਲਡਿੰਗ ਦਾ ਅਗਲਾ ਹਿੱਸਾ ਕਿਤਾਬ ਤੋਂ ਨਿਕਲਦਾ ਹੋਇਆ ਨਜ਼ਰ ਆਏਗਾ। ਇਸ ਦੇ ਨਾਲ ਹੀ ਸਿੱਕੇ ਦੀ ਹੇਠਲੇ ਹਿੱਸੇ ਵਿੱਚ ਅੰਗਰੇਜ਼ੀ ਅੰਕ ਵਿੱਚ 1866 ਤੋਂ 2016 ਵੀ ਲਿਖਿਆ ਹੋਏਗਾ। ਇੱਥੇ ਹੀ 10 ਰੁਪਏ ਦੇ ਨਵੇਂ ਸਿੱਕੇ ਦੇ ਵਿੱਚ ਨੈਸ਼ਨਲ ਆਰਕਾਈਵ ਆਫ ਇੰਡੀਆ ਦੀ ਬਿਲਡਿੰਗ ਦਿਸੇਗੀ। 125ਵੀਂ ਵਰੇਗੰਢ ਦਾ ਲੋਗੋ ਨੈਸ਼ਨਲ ਆਰਕਾਈਵ ਆਫ ਇੰਡੀਆ ਦੀ ਬਿਲਡਿੰਗ ਦੇ ਵਿੱਚ ਅਤੇ ਬਿਲਡਿੰਗ ਦੀ ਫੋਟੋ ਦੇ ਉੱਪਰ ਵੀ ਦਿਖੇਗਾ। ਨਵੇਂ 10 ਰੁਪਏ ਦੇ ਸਿੱਕੇ ਉੱਤੇ ਕੌਮਾਂਤਰੀ ਨਿਊ ਮੇਲਸ ਵਿੱਚ 1916 ਅਤੇ 2016 ਵੀ ਲਿਖਿਆ ਹੋਏਗਾ।